ਹੈਲੋ ਆਪ ਕੀ ਕਰਦੀ ਸੀ ਨੀ ਪਤ ਤੂੰ ਬਾਲਾ ਸੱਜ ਨੇ ਨਾ ਉੱਠਿਆ ਕਰ ਅਵਾਂ ਟਾਈਮ ਨਾ ਉੱਠੇ ਜਿੰਨਾ ਕਿ ਤੇਤੇ ਕੰਮ ਹੁੰਦਾ ਕਰ ਲਿਆ ਕਰਕੇ ਤੂੰ ਆਪ ਦਾ ਪਰੇ ਹੋਗੀ ਐਵੇਂ ਬੱਦੂ ਨਹੀਂ ਨਾਲੇ ਗੱਲ ਸੁਣ ਨਾ ਜਿਵੇਂ ਤੇਨੂੰ ਮਾਇ ਕਹਿੰਦੀ ਨਹੀਂ ਓਪਨ ਹੀ ਕਰਿਆ ਕਰ ਹੋਰ ਨਾ ਕਿਸੇ ਦੀ ਸੁਣੀ ਤੇਰੇ ਸਾਸਰ ਕਿੱਥੇ ਆ ਅੱਛਾ ਚਲ ਕੋਈ ਨਾ ਫਿਰ ਕਦੇ ਨਾ ਗੱਲ ਸੁਣੀ ਕਿਸੇ ਦੀ ਵੀ ਕਿ ਮੈਂ ਮੈ ਤੈਨੂੰ ਕਹਿਣਾ ਓਕਣੇ ਕਹਣਾ ਹੁਣ ਜਿਵੇਂ ਤੈਨੂੰ ਮੈਂ ਕਿਹਾ ਓਵੇਂ ਕਰੀ ਜਿੰਨਾ ਕਿਤੇ ਤੇ ਹੁੰਦਾ ਕਰ ਲਿਆ ਨਾਲੇ ਹੋਰ ਗੱਲ ਸਾਰਾ ਭੇਤ ਨਾ ਦਿਆ ਕਰ ਕਿ ਮੈਨੂੰ ਕਿੰਨਾ ਪੈਸਾ ਬਣਦਾ ਕਿੰਨਾ ਨਹੀਂ ਸਾਰਾ ਵਜਨ ਤੇ ਹੁ ਆਪਣੇ ਤੇ ਪਾਈ ਜੰਦੀ ਆ ਤੈਨੂੰ ਨਹੀਂ ਪਤਾ ਉਹਦੇ ਕਬੀਲਦਾਰੀ ਆ ਨਾਲੇ ਤੇਰੀ ਕੁੜੀ ਨੇ ਹੁਣ ਜਵਾਨ ਹੋ ਜਾਣਾ ਉਹਦਾ ਵੀ ਗਹਿਣਾ ਗੱਟਾ ਬਣਾ ਕੇ ਰੱਖਣਾ ਦਾਜ ਬਣਾਉਣਾ ਮਗਰੋਂ ਤਾਂ ਫਿਰ ਕਲੇਸ਼ ਹੀ ਪੈ ਜਾਂਦਾ ਹੁੰਦਾ ਉਸਨੇ ਸਵੇਰ ਸੁਬਹ ਹੁਣਾ ਦਿੱਤੇ ਫਿਰ ਵੰਡੀਆਂ ਪੈ ਜਾਂਦੀਆਂ ਹੁੰਦੀਆਂ ਨੇ ਹਾਂ ਸੱਸ ਆਉਂਦੀ ਆ ਫਿਰ ਇੱਧਰ ਠੀਕ ਆ ਚੱਲ ਫਿਰ ਹੁਣ ਮੈਂ ਬਾਅਦ ਚ ਗੱਲ ਕਰੂੰਗੀ ਠੀਕ ਆ ਚੰਗਾ ਜਿੱਦਾਂ ਕਰਦੀ ਗੱਲਾਂ ਲੈ ਜਦਾਂ ਤੂੰ ਕੋਲੇ ਬੈਠਾ ਤੈਨੂੰ ਨਹੀਂ ਪਤਾ ਕਿ ਮੈਂ ਕਿਹਨਾ ਗੱਲਾਂ ਕਰਦੀ ਆ ਕਿੰਨਾ ਗੱਲਾਂ ਕਰਨੀਆਂ ਨੇ ਮੈਂ ਆਪਣੀ ਕੁੜੀ ਨਾਲ ਕਰਦੀ ਸੀ ਬੜੀਆਂ ਪੱਟੀਆਂ ਪੜਾਉਣ ਲੱਗੀ ਸੀ ਕਾਦੀਆਂ ਪੱਟੀਆਂ ਪੜਾਤੀਆਂ ਮੈਂ ਜਦੋਂ ਤੇਰੇ ਨੂੰ ਆਪਦੀ ਮਾਂ ਨਾਲ ਗੱਲਾਂ ਕਰਦੇ ਉਹ ਤੋਂ ਕਨੇ ਪੱਟੀਆਂ ਪੜਾਉਂਦੀ ਆ ਹੁਣ ਤੂੰ ਪੱਟੀਆਂ ਪੜਾਉਣੀ ਆ ਫੋਨ ਮਗਰੋਂ ਆਉਂਦਾ ਪਹਿਲਾਂ ਜਾਨੇ ਆ ਫੋਨ ਨੂੰ ਜਿਵੇਂ ਮੁਰਗੀ ਛੇੜ ਨੂੰ ਜਾਂਦੀ ਹੁੰਦੀ ਆ ਅਕਲ ਨੂੰ ਹੱਥ ਮਾਰ ਲਾ ਨਾ ਇਹ ਗੱਲਾਂ ਬੈਠਾ ਸੁਣੀ ਜਾਂਦਾ ਹੁਣ ਤੂੰ ਮੈਨੂੰ ਪੱਟੀਆਂ ਟੱਟੀਆਂ ਦੱਸਣ ਲੱਗ ਗਿਆ ਗੱਲਾਂ ਲੱਖ ਕਰ ਜਿਵੇਂ ਤੂੰ ਕਨੇ ਓਕਣੇ ਉਹ ਕਰੂ ਆਪਦੀ ਨੋਮ ਨਾਲ ਕੀ ਉਹ ਜੇ ਮਰਜ਼ੀ ਗੱਲਾਂ ਕਰੇ ਇੱਕ ਨੂੰ ਤੇ ਰੋਕਦੀ ਐ ਇੱਕ ਨੂੰ ਕਹਿੰਦੀ ਐ ਕਰ ਕਿ ਕਦੋਂ ਦੀ ਅਕਲ ਆ ਤੇਰੀ ਸਹੀ ਗੱਲ ਤਾਂ ਕਰਨੀ ਨਹੀਂ ਤੁਸੀਂ ਕਲੇਸ਼ ਪਾਉਣਾ ਨੋ ਨੂੰ ਕੁੜੀ ਨਹੀਂ ਸਮਝਣਾ ਕੁੜੀ ਨੂੰ ਉਧਰ ਗਹਾਣੇ ਨੂੰ ਕੁੜੀ ਨਹੀਂ ਸਮਝਣ ਦੇਣਾ ਮੈਂ ਗੱਲਾਂ ਸਮਝਾਉਣੀ ਐ ਕੁੜੀ ਨੂੰ ਨਿਆਣੀ ਮਾਤਾ ਉਹਨੂੰ ਪਤਾ ਨਹੀਂ ਲੱਗਦਾ ਵੀ ਜੇ ਹੁਣੇ ਤੋਂ ਪ੍ਰਾਪਰਟੀ ਸਾਂਭੂ ਤਾਂ ਸਾਂਭ ਹੋਣੀ ਐ ਤੇ ਇਹ ਕਿਹੜਾ 70 80 ਸਾਲ ਦੀ ਐ ਇਹ ਵੀ ਕੁੜੀ ਹੋਈ ਐ ਕਿਸੇ ਦੀ ਇਦੀ ਵੀ ਨਿਆਣੀ ਮੱਤਈਆ ਇਹਨੂੰ ਤੂੰ ਕੁੜੀ ਨਾ ਸਮਝੀ ਨਿਆਣੀ ਨਹੀਂ ਹੈਗੀ ਉਹ ਕੁੜੀ ਤੇਰੀ ਨਿਆਣੀ ਆ ਇੱਕੋ ਗੱਲ ਰੱਖੀਦੀ ਹੁੰਦੇ ਆ ਦੋਨੇ ਪਾਸੇ ਤਾਂ ਘਰ ਚੱਲਦੇ ਹੁੰਦੇ ਨੇ ਜੇ ਤੇਰੀ ਨੂੰ ਤੇਰੀਆਂ ਗੱਲਾਂ ਸੁਣ ਲਵੇ ਆਪਦੀ ਕੁੜੀ ਨਾਲ ਕੀ ਗੱਲਾਂ ਕਰਦੀ ਆ ਫੇ ਤੇਰੀ ਕੋਈ ਇੱਜ਼ਤ ਰਹੂ ਕੁੜੀ ਨੇ ਉਹ ਕਹੀ ਜਾਉਂਦਾ ਆਪਦੇ ਸੱਸਔਰ ਦੇ ਗੱਲਬ ਜੋ ਕਹਿੰਦੇ ਨੇ ਉਹ ਮੰਨੀਦੀ ਹੁੰਦੀ ਆ ਤਾਂ ਘਰ ਚੱਲਦਾ ਜਿੱਥੇ ਘਰ ਚ ਥਵਾਕ ਉਹ ਹੀ ਘਰ ਕਾਮਜਾਬ ਨੇ ਇਥੇ ਤਵਾਕ ਨਹੀਂ ਹੈ ਕਿ ਨਾ ਉਹ ਨਹੀਂ ਘਰ ਚੱਲਦੇ ਹੈਗੇ ਤੇ ਕੋਈ ਅਕਲ ਨੂੰ ਹੱਥ ਮਾਰ ਨੋਨ ਨੂੰ ਤੂੰ ਬਰਾਸਾ ਵੀ ਦੀ ਐ ਕੁੜੀ ਨੂੰ ਕਹਿੰਨੀ ਮੇਰੀ ਐ ਕੁੜੀ ਕਰੇ ਫਲਾਣਾ ਮਤੈਰੀ ਕਰੇ ਨੋਨ ਨੂੰ ਤੂੰ ਕਰ ਨਹੀਂ ਦਿੰਦੀ ਕੋਈ ਗੱਲ ਨਹੀਂ ਤੁਸੀਂ ਵੀ ਨਾ ਹੁਣ ਬਾਲਾ ਘਬਰਾਵੋ ਮੈਂ ਕੁੜੀ ਨੂੰ ਕਹੂੰਗੀ ਬੇ ਪੁੱਤ ਤੁਸੀਂ ਆਪਦਾ ਘਰ ਆਪ ਸੰਭਾਲੋ ਸਾਡੇ ਤਾਂ ਦੇਖਣ ਤਾਂ ਅੱਜ ਦੀ ਰੇਂਜ ਦੀ ਕੋਈ ਲੋੜ ਹੀ ਨਹੀਂ ਹੈਗੀ ਤੁਹਾਡੇ ਕੰਮ ਵਿੱਚ ਆਪ ਅਸੀਂ ਆਪਦਾ ਸੰਭਾਲਾਂਗੇ ਅਸੀਂ ਆਪਣੀ ਨੋਨ ਨੂੰ ਰੱਖਾਂਗੇ ਦੀ ਬਣਾ ਕੇ ਤੂੰ ਪੁੱਤ ਉਹਨਾਂ ਦੀ ਦੀ ਬਣ ਕੇ ਰਹਿ ਬਸ ਇੰਨੀ ਗੱਲ ਆ ਮੈਂ ਕਹਿ ਦੂੰਗੀ ਇਹੀ ਤਾਂ ਗੱਲਾਂ ਕਹਿਣ ਵਾਲੀਆਂ ਹੁੰਦੀਆਂ ਉੱਠੀਆਂ ਮੱਤਾਂ ਨਾਲ ਤਾਂ ਘਰ ਖਰਾਬ ਹੋ ਜਾਂਦੇ ਨੇ